Welcome to the YouTube new channel Dr. Manjit Sodhi's from Kapurthala, Kala Sanghian, Punjab, India. This is our 12th episode, 12th part on COVID-19, 2019. My viewers, Sat Sri Akal, Namaskar, Adab, Assalamualaikum, Namaskar. ਤੁਸੀਂ 12ਵਾਂ ਐਪੀਸੋਡ ਦੇਖਣ ਜਾ ਰਹੇ ਹੋ ਜਿੱਦਾਂ ਰੂਟੀਨ ਦੇ ਵਿੱਚ ਮੈਂ ਤੁਹਾਨੂੰ ਸਾਰੇ ਡਾਟੇ ਵਰਲਡ ਵਾਈਡ ਦਿੰਦਾ ਅੱਜ ਦੀ ਟੋਟਲ ਕੇਸਿਸ ਜਿਹੜੇ ਵਰਲਡ ਵਾਈਡ ਨੇ 14,53,120 ਨੇ ਡੈਥ ਹੋ ਚੁੱਕੀਆਂ 83,584 ਰਿਕਵਰਡ ਹੋਏ ਬਹੁਤ ਜ਼ੋਰ ਦੇ ਕੇ ਅੱਜ 12ਵੀਂ ਵਾਰ ਆਪਣੀ ਵੀਡੀਓ ਦੇ ਵਿੱਚ ਕਹਿ ਰਹੇ ਹਾਂ ਰਿਕਵਰਡ ਹੋਏ 309,770 ਕੇਸ 209 ਮੁਲਕਾਂ ਦੇ ਵਿੱਚ ਮਹਾਮਾਰੀ ਕਰੋਨਾ ਦੀ ਫੈਲ ਚੁੱਕੀ ਹੈ ਵੱਡੇ ਵੱਡੇ ਮੁਲਕਾਂ ਦੀਆਂ ਧਾਹਾਂ ਨਿਕਲ ਚੁੱਕੀਆਂ ਐਕਟਿਵ ਕੇਸ ਜਿਹੜੇ ਹੈਗੇ ਆ 10,69,767 ਹੈ ਜਿਹਨਾਂ ਚੋਂ ਖਤਰੇ ਦੀ ਘੰਟੀ 48,056 ਦੇ ਉੱਤੇ ਲਟਕ ਰਹੀ ਹੈ ਜਦੋਂ ਅਸੀਂ ਵਰਲਡ ਵਾਈਡ ਗੱਲ ਕਰਦੇ ਹਾਂ ਤੇ ਅਮਰੀਕਾ ਕਈਆਂ ਦਿਨਾਂ ਤੋਂ ਪਹਿਲੇ ਨੰਬਰ ਤੇ ਸਪੇਨ ਕਈਆਂ ਦਿਨਾਂ ਤੋਂ ਦੂਜੇ ਨੰਬਰ ਤੇ ਇਟਲੀ ਕਈਆਂ ਦਿਨਾਂ ਤੋਂ ਤੀਜੇ ਨੰਬਰ ਤੇ ਇਹਨਾਂ ਦੇ ਫਿਕਰ ਇਸ ਤਰ੍ਹਾਂ ਨੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਟੋਟਲ ਕੇਸ ਨੇ 4,02,466 ਨਵੇਂ ਕੇਸ ਆ ਚੁੱਕੇ ਪਿਛਲੇ 24 ਘੰਟਿਆਂ ਦੇ ਵਿੱਚ 2,131 ਮੌਤਾਂ ਹੋ ਚੁੱਕੀਆਂ 12,913 ਨਵੀਆਂ ਮੌਤਾਂ 72 ਹੋ ਚੁੱਕੀਆਂ ਰਿਕਵਰਡ ਇੰਨੇ ਐਡਵਾਂਸ ਮੁਲਕ ਡੋਨਾਲਡ ਟਰੰਪ ਦੇ ਮੁਲਕ ਦੇ ਵਿੱਚ ਜਿਹੜਾ ਕਿ ਵਰਲਡ 'ਚ ਇਕਾਨਮੀ 'ਚ ਪਾਵਰ ਦੇ ਵਿੱਚ ਬਹੁਤ ਟੌਪ ਕਰਦਾ ਅਤੇ ਰਿਕਵਰਡ ਹੋਏ ਆ 27,766 ਐਕਟਿਵ ਕੇਸ ਹਜੇ ਵੀ ਸੜਕਾਂ 'ਤੇ 367,783 ਨੇ ਅਤੇ ਸੀਰੀਅਸ ਨੇ 5,9,95 ਕੇਸ ਦੂਜੇ ਨੰਬਰ 'ਤੇ ਆ ਸਪੇਨ 1,46,690 ਨਵੇਂ ਆ ਚੁੱਕੇ 4,748 ਮੌਤਾਂ ਹੋ ਚੁੱਕੀਆਂ 14,555 ਨਵੀਆਂ ਮੌਤਾਂ 510 ਪਿਛਲੇ 24 ਘੰਟਿਆਂ ਦੇ ਵਿੱਚ ਜਿਹੜਾ ਵਰਲਡ ਕਰੋਨੋਮੀਟਰ ਦੇ ਉੱਤੇ ਸਭ ਤੋਂ ਜ਼ਿਆਦਾ ਮੈਕਸੀਮ ਡੇਂਜਰਸ ਫਿਗਰ ਉਹ ਸਪੇਨ ਦੇ ਵਿੱਚ 510 ਮੌਤਾਂ ਹੋ ਚੁੱਕੀਆਂ ਰਿਕਵਰਡ ਹੋਏ 48,021 ਐਕਟਿਵ ਕੇਸ ਨੇ 84,114 ਤੇ ਸੀਰੀਅਸ ਨੇ 7,069 ਇਟਲੀ ਦੇ ਵਿੱਚ ਟੋਟਲ ਕੇਸ ਨੇ 1,35,005,5,5,5,5,5,00 ਇਟਲੀ ਦੇ ਵਿੱਚ 1,35,586 ਨੇ ਨਵਾਂ ਕੇਸ ਕੋਈ ਨਹੀਂ ਇਹ ਅੱਛੀ ਖਬਰ ਹੈ ਇਟਲੀ ਦੀ 17,127 ਮੌਤਾਂ ਹੋ ਚੁੱਕੀਆਂ ਨਵੀਂ ਮੌਤ ਕੋਈ ਨਹੀਂ ਜਿਹੜੇ ਰਿਕਵਰਡ ਹੋਏ ਨੇ ਉਹ 24,392 ਐਕਟਿਵ ਕੇਸ ਬਹੁਤ ਹੀ ਜ਼ਿਆਦਾ ਨੇ ਦੁਨੀਆਂ ਦੇ ਵਿੱਚ ਅਮਰੀਕਾ ਤੋਂ ਬਾਅਦ ਇਟਲੀ ਦੇ ਵਿੱਚ 94,067 ਕੇਸ ਨੇ ਤੇ ਜਿਹਨਾਂ ਚੋਂ ਸੀਰੀਅਸ ਨੇ ਕ੍ਰਿਟੀਕਲ ਨੇ 3,792 ਚੌਥੇ ਨੰਬਰ ਤੇ ਜਰਮਨੀ 1,09,329 ਪਿਛਲੇ 24 ਘੰਟਿਆਂ ਚ 1,666 ਕੇਸ ਨਵੇਂ ਆ ਚੁੱਕੇ ਨੇ 2,096 ਮੌਤਾਂ ਹੋ ਚੁੱਕੀਆਂ 80 ਮੌਤਾਂ ਨਵੀਆਂ ਹੋ ਗਈਆਂ 95 ਨੰਬਰ ਤੇ ਫਰਾਂਸ ਹੈ ਕੋਈ ਕੇਸ ਨਵਾਂ ਨਹੀਂ ਕੋਈ ਡੈਥ ਨਵੀਂ ਨਹੀਂ ਚਾਈਨਾ ਦੇ ਵਿੱਚ 62 ਨਵੇਂ ਕੇਸ ਹੋ ਚੁੱਕੇ 2 ਮੌਤਾਂ ਹੋਰ ਆ ਰਹੀਆਂ ਇਰਾਨ ਬਹੁਤ ਹੀ ਮਾੜੀ ਸਥਿਤੀ ਦੇ ਵਿੱਚ 94,586 ਟੋਟਲ ਕੇਸ ਨੇ ਉੱਥੇ ਦੇ ਕੋਰੋਨਾ ਵਾਇਰਸ COVID-2019 ਮਹਾਮਾਰੀ ਦੇ ਵਿੱਚ 1,957 ਕੇਸ ਨਵੇਂ ਆ ਚੁੱਕੇ ਨੇ 3,993 ਮੌਤਾਂ ਹੋ ਚੁੱਕੀਆਂ ਔਰ ਪਿਛਲੇ 24 ਘੰਟਿਆਂ 'ਚ ਜਿੱਥੇ ਅਮਰੀਕਾ ਦੇ ਵਿੱਚ 72 ਹੋਈਆਂ ਜਿੱਥੇ ਸਪੇਨ ਦੇ ਵਿੱਚ 510 ਹੋਈਆਂ ਜਿੱਥੇ ਜਰਮਨੀ ਦੇ ਵਿੱਚ 80 ਮੌਤਾਂ ਹੋਈਆਂ ਉੱਥੇ ਇਰਾਨ ਦੇ ਵਿੱਚ ਪਿਛਲੇ 24 ਘੰਟਿਆਂ 'ਚ 121 ਮੌਤਾਂ ਹੋ ਚੁੱਕੀਆਂ ਰਿਕਵਰਡ ਹੋਏ ਨੇ ਉੱਥੇ ਕਾਫੀ ਵੱਡਾ ਅਮਾਊਂਟ ਹੈ ਸੋਹਣੀ ਉਹਨਾਂ ਦੇ ਮੈਡੀਕਲ ਟੀਮ ਨੂੰ ਐਫਰਟਸ ਦੀ ਗੱਲ ਹੈ ਵੀ 77,279 ਰਿਕਵਰਡ ਹੋਏ ਨੇ ਐਕਟਿਵ ਸਿਰਫ 1,190 ਨੇ ਔਰ ਉਹਨਾਂ 'ਚੋਂ ਸੀਰੀਅਸ ਨੇ 189 ਇਰਾਨ ਇਹ ਸੀਗੀ ਇਰਾਨ ਦੀ ਫਿਕਰ ਯੂਕੇ ਕਾਫੀ ਅੱਛੀ ਸਥਿਤੀ 'ਚ 2 ਦਿਨ ਦੇ ਉੱਤੇ ਕੋਈ ਐਕਟਿਵ ਕੇਸ ਨਹੀਂ ਕੋਈ ਉਹ ਨੇ ਡੈਥ ਨਹੀਂ ਹੈਗੀ ਬੈਲਜੀਅਮ ਦੇ ਵਿੱਚ ਬਹੁਤ ਜ਼ਿਆਦਾ ਮਾਰ ਹੋ ਗਈ ਹੈ 2,240 ਪੁਰਾਣੀਆਂ ਮੌਤਾਂ ਸੀਗੀਆਂ ਪਿਛਲੇ 24 ਘੰਟਿਆਂ 'ਚ 215 ਹੋ ਗਈਆਂ ਨੀਦਰਲੈਂਡ ਦੇ ਵਿੱਚ 4,248 ਮੌਤਾਂ ਪਹਿਲਾਂ ਸੀਗੀਆਂ 147 ਨਵੀਆਂ ਹੋ ਗਈਆਂ ਸਵੀਡਨ ਦੇ ਵਿੱਚ 687 ਮੌਤਾਂ ਨਵੀਆਂ ਸੀਗੀਆਂ ਪਿਛਲੇ 24 ਘੰਟਿਆਂ ਦੇ ਵਿੱਚ 96 ਮੌਤਾਂ ਹੋਰ ਹੋ ਗਈਆਂ ਕੈਨੇਡਾ ਬਹੁਤ ਅੱਛੀ ਸਥਿਤੀ ਦੇ ਵਿੱਚ ਕੋਈ ਸੀਰੀਅਸ ਕੋਈ ਨਵਾਂ ਕੇਸ ਨਹੀਂ ਕੋਈ ਨਵੀਂ ਡੈਥ ਨਹੀਂ ਸੀਰੀਅਸ ਨੇ ਉੱਥੇ ਸਿਰਫ
426 केस रिकवर 4050 हो चुके ने हुण बारी हैगी है इंडिया दी कनेडा जिथे 13वें नंबर च है इंग्लैंड जिथे 8वें नंबर च है चाइना जिथे 6वें नंबर च है इंडिया हैगा 25वें नंबर च 5480 टोटल केस इंडिया 129 आए ने मौतां हो चुकी हैं 164 चार मौतां पिछले 24 घंटे च हो गई हैं रिकवर्ड हो चुके 468 दिस इज वेरी 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 इंपॉर्टेंट फिगर ये चैनल सिर्फ ते सिर्फ तुहानू इम्यून सिस्टम स्ट्रांग ही नहीं करता एक पॉजिटिव खबर ही नहीं दिंदा इसलिए मैं बार बार कहना तुसी दो घंटे तो ज्यादा जो होर कोई चैनल देख दे रहे सच्ची तुसी डिप्रेशन च जा सकते हो चैनल्स ते देखना बंद करो सिर्फ ते सिर्फ पॉजिटिव चैनल्स लभो किथे तुहानू पॉजिटिव खबर मिलदी है विटामिन सी खाओ जिहड़ा तुहानू इम्यून सिस्टम स्ट्रांग करे रब दा नाम लाओ योगा करो ध्यान करो उस परम पिता परमात्मा नूं याद करो जिन्हें पूरी सृष्टि रची हुई है उसकी कृपा दे नाल कुछ भी हो सकता है और जापान 35वें नंबर ते है 4257 मौतां 57 सॉरी नवे अपने टोटल केस ने नवा केस उत्थे कोई नहीं है 93 मौतां हुई सी नवी मौत भी कोई नहीं है 622 रिकवर्ड हो चुके ने 3542 उथे एक्टिव ने 80 सीरियस पेशेंट ने पाकिस्तान ते जिथे आज डॉक्टर चाहे स्ट्राइक ते चले गए पर मैंने सल्यूट है बाकी मेडिकल टीम्स होल फैकल्टी ऑफ द जो भी कंसर्न उथे दिया उथे दे हुन पत्नी आशा है जां नहीं है डॉक्टर्स है फार्मासिस्ट स्टाफ नर्सिस और उन्होंने चाहे जाना पिया स्ट्राइक दे उते क्योंकि उतों दी गवर्नमेंट से शायद हजे लॉकडाउन करने दे मूड च नहीं हैगी लेकिन 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 उथे 467 पेशेंट रिकवर हो चुके ने 3767 सिर्फ एक्टिव केस ने सीरियस ने 25 मौतां पिछले 24 घंटे च 3 होईयां पुरानियां मौतां सीगियां 67 उहनां दा टोटल केस आ गया 4494 बांग्लादेश दी गल कर लईए 218 टोटल केस ने 59 नवे होए 20 मौतां हो चुकी हैं पिछले 3 घंटे पिछले 24 घंटे च 3 मौतां हुई हैं 33 रिकवर्ड होए ने 165 एक्टिव ने ते 1 ही सीरियस है दोस्तों ए सगियां फिगर्स दे उत्ते इंटरनेशनली जाना कई दिनां तों जान लगदा तुहानू शायद लगदा होवे पता नहीं रिपीटेडली ओही गल होई है इहदे विच बहुत ही बरीकी दे नाल साइंटिफिक अप्रोच दे नाल स्टडी करन दी कोशिश कर रहा डॉक्टर मनजीत सोढ़ी YouTube चैनल और जिथे मैं सीनियर मेडिकल ऑफिसर पंजाब गवर्नमेंट CHC काला सिंघिया कपूरथला पंजाब इंडिया नु रिप्रेजेंट करदा एह जिथे जिथे भी काशी टीवी ते चाहे वो इंग्लैंड च चल रही है चाहे होर पंजाबी जिथे जिथे भी सुन रहे हैं मैक्सिमम लोकां तक एह पॉजिटिव खबरां पहुंचाओ ते रब दा सिमरन करके लॉकडाउन जिथे भी गवर्नमेंट सरकार जिथे जिथे भी तुसी रह रहे हो वो मनन दी कोशिश करो इहदा लाज सिर्फ ते सिर्फ तुसी अपने घर दे विच रहण दे नाल ही है ਕਰੋਨਾ ਉਹਨਾਂ ਚਿਕਰ ਤੁਸੀਂ ਜਿਹੜਾ ਚਿਕਰ ਤੁਸੀਂ ਅਲਾਉ ਨਹੀਂ ਕਰਦੇ ਕਰੋਨਾ ਤੁਹਾਡਾ ਜਿਹੜੀ ਚੰਗਾਠ ਹੈ ਉਹ ਟੱਪ ਨਹੀਂ ਸਕਦਾ ਤੁਸੀਂ ਬਾਹਰੋਂ ਕਰੋਨਾ ਲੈ ਕੇ ਆਓਗੇ ਤੁਹਾਡੇ ਪੁੱਛੇ ਬਿਨਾਂ ਅੰਦਰ ਨਹੀਂ ਵੜ ਸਕਦਾ ਅੰਦਰ ਵੜਿਆ ਤੁਸੀਂ ਬਾਰ ਬਾਰ ਹੱਥ ਧੋਣੇ ਨੇ ਸੁਮਨ ਦਾ ਜਿਹੜਾ ਫਾਰਮੂਲਾ ਹੈ ਤੁਹਾਨੂੰ ਸਾਰਾ ਪਤਾ ਮਾਸਕ ਕਦੋਂ ਪਾਉਣਾ ਕਦੋਂ ਨਹੀਂ ਪਾਉਣਾ ਬਹੁਤ ਪਤਾ ਸਨੀਜ਼ ਜਿਹੜੇ ਐਟੀਕੇਟਸ ਨੇ ਉਹ ਦਿੱਤਾ ਅੱਜ ਮੇਰੇ ਨਾਲ ਨੇ ਡਾਕਟਰ ਵਿਵੇਕ ਭੈਣ ਜੀ ਸਤਵਿੰਦਰ ਤੇ ਮੇਰਾ ਕੈਮਰਾਮੈਨ ਜਿਹੜਾ ਕਿ ਬਹੁਤ ਹੀ ਸੁਚੱਜੇ ਢੰਗ ਦੇ ਨਾਲ CHC ਦੇ ਵਿੱਚ ਸੇਵਾਵਾਂ ਦਵਾ ਰਿਹਾ ਰੋਜ਼ ਸ਼ੂਟ ਕਰ ਰਿਹਾ ਅੱਜ ਮੈਂ ਉਹਨੂੰ ਆਪਣੇ ਨਾਲ ਅੱਗੇ ਲਿਆ ਡਾਕਟਰ ਵਿਵੇਕ ਮੱਲਾ ਜੀ ਆਪਾਂ ਡਿਸਕਸ਼ਨ ਥੋੜੀ ਜਿਹੀ ਕਰਾਂਗੇ ਆਪਾਂ 10 ਮਿੰਟ ਦੀ ਕਰ ਲਈ ਹੈ 5 ਮਿੰਟ ਡਿਸਕਸ਼ਨ ਤੇ ਲਾਵਾਂਗੇ ਕਿਉਂਕਿ ਆਪਾਂ ਇਸ ਚੈਨਲ ਦੇ ਥਰੂ ਸਾਇੰਟਿਫਿਕ ਅਪਰੋਚ ਦੇ ਨਾਲ ਆਪਣੇ ਵੀਅਰਸ ਨੂੰ ਇੱਕ ਮੈਕਸਿਮਮ ਅਪਡੇਟ ਇੱਕ ਮੈਕਸਿਮ ਸਟੱਡੀ ਕਰਕੇ ਦੱਸਣ ਦੀ ਕੋਸ਼ਿਸ਼ ਕਰਾਂਗੇ ਔਰ ਜਿੱਥੇ ਸਾਡੀ ਕੋਈ ਕਮੀ ਰਹਿ ਗਈ ਸਾਨੂੰ ਕਮੈਂਟ ਕਰਨਾ ਸ਼ੇਅਰ ਕਰਨਾ ਲਾਈਕ ਡਿਸਲਾਈਕ ਨਾ ਕੋਈ ਮਤਲਬ ਨਹੀਂ ਲੇਕਿਨ 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 ਇਸ ਪੂਰੀ ਦੁਨੀਆ ਨੂੰ ਅਗਰ ਜੇ ਬਚਾ ਸਕਦੇ ਹਾਂ ਤਾਂ ਤੁਸੀਂ ਬਚਾ ਸਕਦੇ ਹਾਂ ਆਪਾਂ ਸਾਰੇ ਜਣੇ ਬਚਾ ਸਕਦੇ ਹਾਂ ਕਿੱਦਾਂ ਬਾਈ ਸ਼ੇਅਰਿੰਗ ਦਾ ਪੋਜ਼ਿਟਿਵ ਖਬਰਸ ਆਫ ਦਾ COVID-19 ਔਰ ਵਿਵੇਕ ਮੱਲਾ ਜੀ ਮੈਂ ਆਪਣੇ ਟ੍ਰੀਟਮੈਂਟ ਪੁਆਇੰਟ ਵਿਊ ਤੇ ਧਿਆਵਾਂ ਸਰਵਾਈਵਰਸ ਪਲਾਜ਼ਮਾ ਦੀ ਗੱਲ ਕਿਉਂ ਹੋ ਰਹੀ ਹੈ ਵਟ ਯੂ ਸੇ ਅਬਾਊਟ ਦਾ ਪਲਾਜ਼ਮਾ ਸਰ ਸਰਵਾਈਵਰਸ ਪਲਾਜ਼ਮਾ ਹੈਜ਼ ਬੀਨ ਡਿਰਾਈਵਡ ਟੂ ਟੀਮਸ ਹੈਵ ਬੀਨ ਕੰਡਕਟਿੰਗ ਸਟੱਡੀਜ਼ ਇਨ ਚਾਈਨਾ ਔਨ ਦਿਸ ਤੇ ਅਰਾਊਂਡ 10 ਪੇਸ਼ੈਂਟਸ ਵਿੱਚ ਉਹਨਾਂ ਨੇ ਸਰਵਾਈਵਰਸ ਪਲਾਜ਼ਮਾ ਇੰਡਿਊਸ ਕੀਤਾ ਤੇ 7 ਪੇਸ਼ੈਂਟਸ ਚ ਉਹਦੀ ਪੋਜ਼ਿਟਿਵ ਰਿਜ਼ਲਟਸ ਆਏ ਨੇ COVID-19
ਇਨਫਿਊਜ਼ਨ ਤੇ 7 ਪੇਸ਼ੈਂਟ ਆਊਟ ਆਫ 10 ਟ੍ਰੀਟ ਹੋ ਗਏ ਸੀ 6 ਦਿਨਾਂ ਦੇ ਵਿੱਚ ਵਿੱਚ ਕਰਦੇ ਕਿਦਾਂ ਸਰ ਇਹ ਕਰਦੇ ਇਦਾਂ ਆ ਕਿ ਦੇ ਟੇਕ ਦਾ ਪਲਾਜ਼ਮਾ ਫਰਮ ਰਿਕਵਰਡ ਪੇਸ਼ੈਂਟਸ ਉਹਨਾਂ ਚੋਂ ਪਲਾਜ਼ਮਾ ਲੈ ਕੇ ਆਪਾਂ ਨਵੇਂ ਪੇਸ਼ੈਂਟ ਜਿਹੜੇ ਇਲ ਪੇਸ਼ੈਂਟ ਉਹਨਾਂ ਨੂੰ ਇਨਫਿਊਜ਼ ਕਰਦੇ ਆ ਸਿੰਪਲ ਵੈਰੀ 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 ਗੁੱਡ ਅੱਛਾ ਦੂਸਰਾ ਇਹ ਹੈਗਾ ਵੀ ਆਪਣੇ ਟੇਸਟ ਸਮੈਲ ਦਾ ਇਹ ਕੋਵਿਡ ਦੇ ਨਾਲ ਕੀ ਰਿਲੇਸ਼ਨ ਹੈ ਸਰ ਇਹ ਕਿੰਗਸ ਕਾਲਜ ਆਫ ਲੰਡਨ ਦੀ ਟੀਮ ਆ ਸਰ ਉਹਨਾਂ ਦੇ ਐਨਐਚਐਸ ਦੀ ਫਾਊਂਡੇਸ਼ਨ ਹੈ ਜਿਹੜਾ ਟਰਸਟ ਆ ਉਹਨਾਂ ਨੇ ਦੇ ਹੈਵ ਕਮ ਅਪ ਵਿਦ ਅ ਸਟੱਡੀ ਐਨਆਈਐਚਆਰ ਬਾਇਓਮੈਡੀਕਲ ਰਿਸਰਚ ਸੈਂਟਰ ਆ ਸਰ ਉੱਥੇ ਤੇ ਦੇ ਹੈਵ ਗਿਵਨ ਦਿਸ ਦਿਸ ਨਿਊ ਸਟੱਡੀ ਵਿਚ ਸੇਜ਼ ਦੈਟ ਇਨ ਅਰਾਊਂਡ 59% ਪੇਸ਼ੈਂਟਸ ਹੂ ਟੈਸਟਡ ਪੋਜ਼ਿਟਿਵ ਫਾਰ ਕੋਵਿਡ-19 ਰਿਪੋਰਟਡ ਅ ਲਾਸ ਆਫ ਟੇਸਟ ਐਂਡ ਸਮੈਲ ਕੰਪੇਅਰਡ ਟੂ 18% ਹੂ ਟੈਸਟਡ ਨੈਗੇਟਿਵ ਫਾਰ ਦ ਡਿਜ਼ੀਜ਼ 59% ਆਫ ਦ ਪੇਸ਼ੈਂਟਸ ਦੇ ਪ੍ਰੈਜ਼ੈਂਟਡ ਵਿਦ ਦ ਲਾਸ ਆਫ ਟੇਸਟ ਐਂਡ ਸਮੈਲ ਦਿਸ ਇਜ਼ ਅ ਨਿਊ ਸਟੱਡੀ ਐਂਡ ਦਿਸ ਇਜ਼ ਅ ਨਿਊ ਸਿੰਪਟਮ ਆਪਾਂ ਜਿਹੜੇ WHO ਸਿੰਪਟਮ ਡਿਸਕਸ ਕਰਦੇ ਹਾਂ ਦੇ ਹੈਵ ਸਬਮਿਟਡ ਦੇ ਸਟੱਡੀ ਟੂ WHO ਤੇ WHO ਦੀ ਸਾਈਟ ਤੇ ਵੀ ਸਰ ਆ ਜਾਣਾ ਹੈ ਵੈਰੀ ਗੁੱਡ ਅੱਛਾ ਤੀਸਰਾ ਜੀ ਡਿਸਕਸ਼ਨ ਸਾਡੇ ਡਿਸਕਸ਼ਨ ਲਈ ਬਹੁਤ ਹੀ ਸੈਗਮੈਂਟਸ ਨੇ ਬਹੁਤ ਹੀ ਫੀਲਡਸ ਨੇ ਪਰ ਤੁਹਾਨੂੰ 12 ਤੋਂ 15 ਮਿੰਟ ਦੇ ਵਿੱਚ ਅੱਜ ਥੋੜੀ ਜਿਹੀ ਸ਼ਾਇਦ 20 ਮਿੰਟਾਂ ਨੂੰ ਜਾਵੇ 12 ਤੋਂ 15 ਮਿੰਟ ਦੇ ਵਿੱਚ ਕੰਪਲੀਟ ਨੌਲੇਜ ਦੇਣ ਦੀ ਮੈਂ ਕੋਸ਼ਿਸ਼ ਕਰਾਂਗਾ ਔਰ ਤੀਸਰਾ ਹਾਈਡ੍ਰੋਕਸੀ ਕਲੋਰੋਕਿਨ ਦੂਸਰਾ ਜਿਹੜਾ ਕੋਕਟੇਲ ਹੈ ਮਲੇਰੀਆ ਦੇ ਨਾਲ ਇਹਦਾ ਲਿੰਕ ਇਹੀ ਸਟੱਡੀ ਤੋੜਿਆ ਜਾਂਦਾ ਆ ਟ੍ਰੀਟਮੈਂਟ ਸਟੱਡੀ ਵੀ ਹਜੇ ਕੋਈ ਵੀ ਸਰ ਪ੍ਰੂਫ ਨਹੀਂ ਹੋਈ ਨੰਬਰ ਕੇ ਆਪਾਂ ਇੰਡੀਆ ਹਾਈਡ੍ਰੋਕਸੀਕਲੋਰੋਕੁਇਨ ਦਾ ਉਹ ਬਣਿਆ ਹੋਇਆ ਸਰ ਯੂਐਸ ਦੀ ਅੱਜ ਯੂਐਸ ਦੀ ਸਟੱਡੀ ਆ ਯੂਐਸਏ ਆ ਯੂਐਸ ਦੀ ਐਫਡੀਏ ਨੇ ਆਪ ਹੀ ਨਹੀਂ ਰੈਕਗਨਾਈਜ਼ ਕੀਤੀ ਹੈ ਸਟੱਡੀ ਹਾਈਡ੍ਰੋਕਸੀਕਲੋਰੋਕੁਇਨ ਇਜ਼ ਅ ਡਰੱਗ ਫਾਰ ਕੋਰੋਨਾ ਵਾਇਰਸ ਨਹੀਂ ਸਾਰੇ ਇਹ ਮੁਲਕਾਂ ਦੇ ਜਿਹੜੇ ਚਲਾਉਣ ਵਾਲੇ ਡਰਾਮੇ ਕਰ ਰਹੇ ਹੈ ਬਿਲਕੁਲ ਸਰ ਬਿਲਕੁਲ 100% ਸਰ ਅੱਛਾ ਉਹ ਪਿੱਛੇ ਦੇ 에ਅਰਬੋਨ ਆ ਜੀ ਉੱਥੇ ਪੰਜਾਬ ਦੇ ਵਿੱਚ ਤਿੱਤਰੇ ਦੀ ਚੈਨਲਾਂ ਦੇ 에ਅਰਬੋਨ ਕਰ ਦਿੱਤਾ ਬਿਲਕੁਲ ਨਹੀਂ ਸਰ ਬਿਲਕੁਲ ਚਲੋ ਡ੍ਰੌਪਲੈਟ ਦੇ ਫੇ ਵਿੱਚੇ ਕਹਿੰਦੇ ਜੀ ਕੁੱਤਿਆਂ ਨੂੰ ਹੋ ਗਏ ਵਿੱਚੇ ਚਲੋ ਟਾਈਗਰ ਵਾਲੀ ਵੀ ਗੱਲ ਆ ਗਈ ਚਲੋ ਆਪਾਂ ਉਹ ਵੀ ਨਹੀਂ ਛੇੜਨ ਦੀ ਅੱਜ ਕੋਸ਼ਿਸ਼ ਕਰਾਂਗੇ ਤੇ ਤੁਸੀਂ ਸਾਡੇ ਵਿਊਅਰਸ ਨੂੰ ਸਰ ਇੱਕ ਮੈਂ ਮਿਥਬਸਟਰ ਥੋੜੇ ਮਿਥਸ ਨੇ ਰਿਗਾਰਡਿੰਗ WHO ਦੀ ਸਾਈਟ ਤੋਂ ਅਗਰ ਕੋਟ these Mythbusters have been quoted from WHO site. Yeah. WHO ਦੀ ਸਾਈਟ ਤੋਂ ਸਿੱਧਾ ਆ ਰਿਹਾ ਸਰ ਸਰ ਇੱਕ ਅੱਜ ਕੱਲ੍ਹ ਆਪਾਂ ਬਹੁਤ ਇਹ ਕਰਦੇ ਹਾਂ ਕਿ ਜੇ ਕਹਿੰਦੇ ਆ ਕਿ 25 degrees ਤੋਂ ਉੱਪਰ ਟੈਂਪਰੇਚਰ ਹੁੰਦਾ ਆ ਤਾਂ ਆਪਾਂ ਨੂੰ ਬੈਨੀਫਿਸ਼ਲ ਹੋਊਗਾ ਤੇ ਸਰ ਇਹਦਾ ਸਿੱਧਾ ਸਿੱਧਾ ਖਾਰਿਜ ਕਰਦੀ ਆ WHO ਕਹਿੰਦੇ ਕਿ exposing yourself to temperatures above 25 degrees does not prevent ਤੁਹਾਨੂੰ ਜਿਹੜੀ ਪ੍ਰੀਵੈਂਸ਼ਨ ਲੈਣੀ ਆ ਹੈਂਡਸ ਵਾਸ਼ ਕਰਨੇ ਅੰਦਰ ਰਹਿਣਾ ਉਹੀ ਸਭ ਤੋਂ ਅੱਗੇ ਆ ਇਹਦੇ ਵਿੱਚ ਇੰਨਾ ਉੱਥੇ ਕਿਉਂ ਇੰਨੀਆਂ ਫਿਕਰਾਂ ਆ ਰਹੀਆਂ ਸਰ ਬਿਲਕੁਲ ਇੱਕ ਸਰ ਬਹੁਤ ਮਿਥ ਚੱਲ ਰਹੀ ਆ ਕਿ ਕਹਿੰਦੇ ਆ ਕਿ ਵਾਂਸ ਯੂ ਗੈਟ ਦ ਡਿਜ਼ੀਜ਼ ਯੂ ਕੈਨ ਨਾਟ ਰਿਕਵਰ ਇਹ ਵੀ ਬਹੁਤ ਮਿਥ ਆ ਕਿ ਅੱਜ ਸਵੇਰੇ ਰੇਡੀਓ ਤੇ ਮੈਂ ਜਲੰਧਰ ਦੇ ਪੰਜਾਬ ਦੇ ਪਹਿਲੇ ਹੁਸ਼ਿਆਰਪੁਰ ਤੋਂ ਰਿਕਵਰਡ ਹੋਏ ਪੇਸ਼ੈਂਟ ਦੀ ਗੱਲ ਸੁਣੀ ਆ ਔਰ ਰਿਕਵਰ ਹੋ ਚੁੱਕਾ ਪੰਜਾਬ ਦੇ ਵਿੱਚ ਜਿਹੜਾ ਇੰਡੀਆ ਦਾ ਪਹਿਲਾਂ ਰਿਕਵਰ ਹੋਇਆ ਉਹਨਾਂ ਰੂਬਰੂ ਹੋ ਚੁੱਕਾ ਕਿੱਥੇ ਭੁੱਲੇ ਫਿਰਦੇ ਹੋ ਹਨਾ ਇਹ ਐਵੇਂ ਮਤਲਬ ਫੇਕ ਨਿਊਜ਼ ਜਿਹੜੇ ਹੈਗੇ ਜਾਂ ਜਿਹੜੇ ਬਾਕੀ ਇੱਦਾਂ ਗੱਲਾਂ ਕਰਦੇ ਆ ਇਹ ਚੰਗੀ ਗੱਲ ਨਹੀਂ ਹੈ ਹਿਸਾਬ ਕਿਤਾਬ ਦੇਣੇ ਪੈਣੇ ਉੱਥੇ ਹੋਣੇ ਅਮਲਾਂ ਦੇ ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਭੈਣ ਜੀ ਤੁਸੀਂ ਸਤਵਿੰਦਰ ਜੀ ਕੋਈ ਸਾਡੇ ਵੀ ਉਸ ਨੂੰ ਪੰਜਾਬੀ ਦੇ ਵਿੱਚ ਗੱਲ ਕਰਨੀ ਚਾਹੁੰਦੇ ਮੈਂ ਤੇ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਰੇ ਸਰੋਤੇ ਜਿਹੜੇ ਜਿੰਨੇ ਵੀ ਹੈਗੇ ਆਪਣੇ ਅੰਦਰ ਹੀ ਆਪਣੇ ਘਰਾਂ 'ਚ ਰਹਿਣ ਤੇ ਆਪਣੇ ਹੈਂਡ ਵਾਸ਼ ਕਰਨ ਤੇ ਇੱਕ ਦੂਜੇ ਤੋਂ ਆਪਣੀ ਦੂਰੀ ਬਣਾਈ ਰੱਖਣ ਕਿਸੇ ਨੇ ਸੈਰ ਕਰਨੀ ਹੁੰਦੀ ਹੈ ਕਿਸੇ ਨੇ ਪਾਠ ਕਰਨਾ ਹੁੰਦਾ ਕਿਸੇ ਨੇ ਮੱਥਾ ਟੇਕਣ ਜਾਣਾ ਹੁੰਦਾ ਕਿਸੇ ਨੇ ਆਪਣੇ ਜਾਣਾ ਹੁੰਦਾ ਇਹਦੇ ਬਾਰੇ ਤੁਹਾਡਾ ਕੀ ਸੁਝਾਅ ਹੈ
ਮੇਰਾ ਤੇਰੇ ਪਰ ਸੁਝਾਅ ਆ ਕਿ ਆਪਣੇ ਘਰਾਂ ਵਿੱਚ ਹੀ ਪਾਠ ਕਰੋ, ਆਪਣੇ ਘਰਾਂ ਵਿੱਚ ਹੀ ਲੇਕਿਨ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਨਾਂ ਦੇ ਵਾਪਰ ਗਈ, ਜੇਕਰ ਸਾਡੇ ਤੇ ਪਈ ਕਹਿੰਦੇ ਹੁੰਦੇ ਨਾ ਵੀ ਕੋਈ ਖੂਹ ਚ ਡਿੱਗਿਆ ਹੋਵੇ ਤਾਂ ਤੁਹਾਨੂੰ ਅਕਲ ਲੈਣੀ ਚਾਹੀਦੀ, ਜਾਂ ਕਿਸੇ ਦੇ ਸੱਟ ਲੱਗੀ ਹੋਵੇ ਤਾਂ ਤੁਹਾਨੂੰ ਮਤਲਬ ਜ਼ਰੂਰੀ ਨਹੀਂ ਵੀ ਤੁਸੀਂ ਕਰੰਟ ਖਾ ਕੇ ਤੁਹਾਨੂੰ ਪਤਾ ਲੱਗਣਾ ਵੀ ਕਰੰਟ ਕਿੱਦਾਂ ਖਾਈਦਾ। ਅਮਨ ਦੱਸ ਆਪਣਾ ਹੋਸਪਿਟਲ ਨੂੰ ਆਪਾਂ ਕਿੱਦਾਂ ਕਰ ਰਹੇ ਹਾਂ, ਇਹ ਪੂਰੀ ਇੰਸਟੀਟਿਊਸ਼ਨ ਮੈਂ ਦੱਸ ਦਵਾਂ, ਮੁੰਡਾ ਬਹੁਤ ਸਾਡਾ ਮੈਂ ਸ਼ਰਮੀਲਾ ਬਹੁਤ ਅੱਛਾ ਕੈਮਰਾਮੈਨ ਦੱਸ ਦਵਾਂ, ਇਹ ਪੂਰੀ ਇੰਸਟੀਟਿਊਸ਼ਨ ਜਸਟ ਲਾਈਕ ਏ ਹੋਸਪਿਟਲ ਹੈ, ਔਰ ਸਪੈਸ਼ਲੀ ਜਿਹੜਾ ਸਾਡਾ ਸਟੂਡੀਓ ਹੈ ਜਿੱਦਾਂ ਇੱਕ ਕਾਰਡਿਕ ਸਰਜਰੀ ਕਰਨ ਦੇ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਇੱਥੇ ਤੁਸੀਂ ਦੇਖਦੇ ਹੋ ਕਈਆਂ ਤਰ੍ਹਾਂ ਤੋਂ ਬੰਦੇ ਇਹ ਵੀ ਸ਼ਾਇਦ ਕਮੈਂਟ ਕਰਦੇ ਨੇ ਇੱਥੇ ਸੋਸ਼ਲ ਡਿਸਟੈਂਸਿੰਗ ਨੇ, ਮਾਸਕ ਨਹੀਂ ਪਾਇਆ, ਮਿੱਤਰੋ ਇਹ ਖੜੱਪਾ ਸੱਪ ਫੜਨਾ ਜਾਣਦਾ, ਇਹ ਫੜ ਲੈਂਦਾ ਕਿਉਂਕਿ ਇਹਦੇ ਛੋਟੇ ਛੋਟੇ ਬੱਚੇ ਵੀ ਖੜੱਪ ਫੜੇ ਸਭ ਨੂੰ, ਤੇ ਕੋਰੋਨਾ ਵਾਇਰਸ ਤਾਂ ਕੁਛ ਵੀ ਨਹੀਂ ਹੈਗਾ। ਠੀਕ ਹੈ ਨਾ, ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਤੁਸੀਂ ਸਾਨੂੰ ਮੈਸੇਜ ਜੀ ਯੈਸ ਦਿਸ ਮੈਸੇਜ ਕਮਸ ਫਰਮ ਅ ਵੈਰੀ ਕਨਸਰਨਡ ਫਰੈਂਡ ਆਫ ਮਾਈਨ ਐਂਡ ਦ ਮੈਸੇਜ ਇਜ਼ ਪਲੀਜ਼ ਫੀਡ ਯੋਰ ਸਟ੍ਰੇ ਡੌਗਸ ਬਾਹਰ, ਜਿੰਨੇ ਵੀ ਜਾਨਵਰ ਨੇ ਕੁੱਤੇ ਨੇ ਪੰਛੀ ਨੇ ਉਹਨਾਂ ਨੂੰ ਪਲੀਜ਼ ਫੂਡ ਦਿਓ, ਪਲੀਜ਼ ਗਿਵ ਦੈਮ ਫੂਡ, ਉਹਨਾਂ ਨੂੰ ਨਹੀਂ ਮਿਲ ਰਿਹਾ, ਇਟਸ ਨਾਟ ਬੀਇੰਗ ਅਵੇਲੇਬਲ ਟੂ ਦੈਮ, ਸਾਡੀ ਰਿਕੁਐਸਟ ਆ ਉਹਨਾਂ ਨੂੰ ਪਲੀਜ਼ ਫੂਡ ਦਿਓ, ਦੇ ਆਰ ਡਾਈਂਗ। ਉਹ ਪਤਾ ਨਹੀਂ ਵਿੱਚ ਸ਼ਾਇਦ ਉਹਨਾਂ ਨੂੰ ਭੁਲੇਖਾ ਪੈ ਗਿਆ, ਪਰ ਨਹੀਂ ਕੁੱਤੇ ਇਸ ਇੰਸਟੀਟਿਊਸ਼ਨ ਦੇ ਵਿੱਚ ਬਾਹਰ ਕੈਟਲ ਟ੍ਰੈਪ ਲੱਗਾ, ਕੁੱਤੇ ਵੀ ਬਣ ਨਹੀਂ ਸਕਦੇ, ਲੇਕਿਨ ਹੁਣ ਕੁੱਤੇ ਨੂੰ ਕਹਿੰਦੇ ਕੱਖ ਨਹੀਂ, ਕੁੱਤੇ ਤੋਂ ਫਿਰਦੇ, ਜਦੋਂ ਰਾਜ ਮੈਂ ਘਰ ਨੂੰ 10 ਵਜੇ ਜਾਣਾ, 9:30 ਹੋ ਗਏ ਤਾਂ ਫਿਰ ਵੀ ਸੜਕ ਤੇ ਸੈਰ ਕਰਦੇ, ਮੇਰੇ ਪਿੰਡ ਦੇ ਕੋਰਸ ਦੀ ਰਾਜ ਅੱਜ ਕੱਲ ਨਹੀਂ, ਪਰ ਚੰਗੀ ਗੱਲ ਥੋੜੋ, ਤੈਨੂੰ ਲੋਕ ਆਪਣੇ ਮੋਦੀ ਸਾਹਿਬ ਨੇ ਲੋਕਡਾਊਨ ਕਰਾਇਆ, ਸ਼ਾਇਦ ਗਾਹ ਐਕਸਟੈਂਡ ਕਰਨ ਨੂੰ ਵੀ ਫਿਰਦੇ ਆ, ਤੁਸੀਂ ਕਹਿੰਦੇ ਹੋਇਆ ਕੱਖ ਨੇ, ਉਹ ਇਟਲੀ ਵਾਲਿਆਂ ਦਾ ਸੁਣੋ, ਦੇਖੋ ਤਾਂ ਯਾਰ ਕਿੱਦਾਂ ਉਹਨੇ ਰਾਤ ਪੈਣ ਡਿਆ, ਅੱਖਾਂ ਸਾਡੀਆਂ ਭਰਦੀਆਂ ਹਨਾ, ਉਹ ਤੁਹਾਡੀ ਜਾਨ ਨੂੰ ਰੋਣ ਡਏ ਆ, ਤੁਹਾਡੇ ਜਾਨ ਦੇ ਤੁਹਾਡੇ ਅਸੀਂ ਹਮਦਰਦ ਆ, ਬੀਇੰਗ ਏ ਮੈਡੀਕਲ, ਬੀਇੰਗ ਏ ਸੀਨੀਅਰ ਮੈਡੀਕਲ ਆਫੀਸਰ, ਅਸੀਂ ਚਾਹੁੰਦੇ ਆ ਕਿ ਤੁਸੀਂ ਸੇਫ ਰਹੋ, ਸਾਡਾ ਪੰਜਾਬ, ਸਾਡਾ ਕਪੂਰਥਲਾ, ਸਾਡਾ ਇੰਡੀਆ ਬਚਿਆ ਰਹੇ, ਲੇਕਿਨ ਬਚੋਗੇ ਤਾਂ ਹੀ ਜੇ ਅੰਦਰ ਬੜੇ ਰਹੋਗੇ, ਤਾਂ ਸਬਸਕ੍ਰਾਈਬ ਕਰੋ, ਲਾਈਕ ਕਰੋ, ਚਾਹੇ ਨਾ ਕਰੋ ਲੇਕਿਨ ਕਮੈਂਟ ਜ਼ਰੂਰ ਕਰੋ, ਤੁਹਾਨੂੰ ਸਾਰਿਆਂ ਨੂੰ ਲੰਬੀ ਲੰਬੀ ਉਮਰ ਹੋਵੇ, ਤੁਸੀਂ ਤੰਦਰੁਸਤ ਰਹੋ, ਹੱਸਦੇ ਰਹੋ, ਖੁਸ਼ ਰਹੋ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਨਮਸਕਾਰ, ਜੈ ਹਿੰਦ, ਥੈਂਕ ਯੂ। ਜੇ ਰਿਕਾਰਡਿੰਗ ਨਾ ਹੋਈ ਹੋਈ ਨਾ ਹੋ ਰਹੀ ਨਹੀਂ ਨਾ।